ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਆ ਚੁੱਕੀ ਆ 248 ਸੀਟਾਂ ਵਾਲੇ ਜਹਾਜ਼ ਦੇ ਵਿੱਚ ਇਨੇ ਪੈਸਿਆਂ ਨੇ ਟਿਕਟ ਦੇ ਕੇ ਡਾਕਟਰ ਉਬਰਾਏ ਨੇ ਇਕੱਲਿਆਂ ਕੀਤਾ ਸਫ਼ਰ ਜੀ ਹਾਂ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਪਤਾ ਲੱਗ ਸਕੇ ਨਾਲ ਹੀ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਜ਼ਰੂਰ ਕਰ ਦਿਓ ਦੁਬਈ ਦੇ ਉੱਗੇ ਬਿਜ਼ਨਸਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਦੇ ਨਾਲ ਇੱਕ ਜੁੜੀ ਹੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਡਾਕਟਰ ਉਬਰਾਏ ਨੇਰੇ ਟਰਨ ਆਫ ਫਲਾਈਟ ਅੰਮ੍ਰਿਤਸਰ ਤੋਂ ਦੁਬਈ ਜਾਣਾ ਸੀ ਪਰ ਕਰੋਨਾ ਪ੍ਰੋਟੋਕਾਲ ਨੂੰ ਧਿਆਨ ਵਿੱਚ ਰੱਖਦੇ ਹੋਏ 에ਅਰ ਇੰਡੀਆ ਦੇ ਅਧਿਕਾਰੀ ਮੁੰਨਾ ਨੂੰ ਨਾਲ ਨਹੀਂ ਲੈ ਜਾ ਰਹੇ ਸਨ ਜਿਸ ਤੇ ਉਹਨਾਂ ਨੇ ਦੱਸਿਆ ਕਿ ਉਹ ਕਰੋਨਾ ਨੈਗੇਟਿਵ ਹਨ ਤੇ ਉਹਨਾਂ ਨੇ ਕਰੋਨਾ ਦਾ ਵੈਕਸੀਨ ਵੀ ਲੱਗਿਆ ਹੋਇਆ ਤੇ ਉਹਨਾਂ ਦੇ ਕੋਲੋਂ ਦੁਬਈ ਦਾ ਰਿਟਰਨ ਫਾਰਮਟ ਵੀ ਹੈ ਤੇ ਹੁਣ ਦੁਬਈ ਦੇ 골ਡਨ ਵੀਜ਼ਾ ਕਾਰਡ ਹੋਲਡਰ ਵੀ ਹਨ ਤੇ ਨਾਲ ਹੀ ਉਹਨਾਂ ਤੋਂ 4 ਘੰਟੇ ਪਹਿਲਾਂ ਹੀ ਰੈਪਿਡ ਰਿਪੋਰਟ ਆ ਤੇ 48 ਘੰਟੇ ਪਹਿਲਾਂ ਦੀ ਪੀਸੀਆਰ ਰਿਪੋਰਟ ਵੀ ਮੌਜੂਦ ਹੈ ਤੇ ਉਹਨਾਂ ਨੇ ਇਹ ਸਭ ਸਬੂਤ ਦੇਣ ਦੇ ਬਾਵਜੂਦ ਵੀ 에ਅਰ ਇੰਡੀਆ ਦੇ ਅਧਿਕਾਰੀ ਉਹਨਾਂ ਨੂੰ ਨਾਲ ਲਿਜਾਣ ਦੇ ਲਈ ਨਹੀਂ ਮੰਨ ਰਹੇ ਸਨ ਤੇ ਜਿਸ ਤੋਂ ਬਾਅਦ ਡਾਕਟਰ ਉਬਰਾਏ ਨੇ ਅੰਮ੍ਰਿਤਸਰ 에ਅਰਪੋਰਟ ਦੇ ਜਿਹੜੇ ਕਿ ਮੰਤਰੀ ਹਰਦੀਪ ਪੁਰੀ ਅਤੇ ਚੇਅਰਮੈਨ ਐਸਪੀ ਗੁਰਜੀਤ ਔਇਲਾ ਦੇ ਨਾਲ ਰਾਬਤਾ ਕੀਤਾ ਤੇ ਜਿਨ੍ਹਾਂ ਦੀ ਹਦਾਇਤ ਤੇ 에ਅਰ ਇੰਡੀਆ ਸਟਾਫ ਡਾਕਟਰ ਉਬਰਾਏ ਨੂੰ ਆਪਣੇ ਨਾਲ ਲਿਜਾਣ ਦੇ ਲਈ ਮੰਨਿਆ ਜਾਸਤੀ ਡਾਕਟਰ ਉਬਰਾਏ ਦੇ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੂਰੀ ਅਤੇ ਪਾਰਲੀਮੈਂਟ ਦੇ ਮੈਂਬਰ ਗੁਰਜੀਤ ਔਇਲਾ ਦਾ ਖਾਸ ਸ਼ੁਕਰੀਆ ਅਦਾ ਕੀਤਾ ਗਿਆ ਡਾਕਟਰ ਉਬਰਾਏ ਦੇ ਵੱਲੋਂ 248 ਸੀਟਾਂ ਵਾਲੇ ਇਸ ਜਹਾਜ਼ ਦੇ ਵਿੱਚ ਇਕੱਲੇ ਯਾਤਰੀ ਦੇ ਵੱਲੋਂ 740 ਗ੍ਰਾਮ ਜੋ ਕਿ ਭਾਰਤੀ ਕਰੰਸੀ ਦੇ ਮਤਾਬਕ 15 ਕੁ ਹਜ਼ਾਰ ਰੁਪਏ ਬਣਦੇ ਹਨ ਦੇ ਕੇ ਸਫ਼ਰ ਕੀਤਾ ਤੇ ਪੰਜਾਬ ਦੇ ਵਿੱਚ ਆਪਣੇ ਦੌਰੇ ਦੇ ਦੌਰਾਨ ਡਾਕਟਰ ਉਬਰਾਏ ਦੇ ਵੱਲੋਂ ਪੰਡਤ ਸੂਮਨਾਥ ਜੀ ਯਾਦ ਦੇ ਵਿੱਚ ਪਟਿਆਲੇ ਦੇ ਤਾਕਤ ਸ਼੍ਰੀ ਪਟਨਾ ਸਹਿਬ ਦੇ ਮੁਖੀ ਗੋਰੇ ਮਸਕੀਨ ਨੂੰ ਐਂਬੂਲੈਂਸ ਭੇਂਟ ਕੀਤੇ ਤੋਂ ਗੁਰਦਾਸਪੁਰ ਦੇ ਵਿੱਚ ਵੀ ਇੱਕ ਲਬਾਰਟਰੀ ਬਣਾਉਣ ਵਾਸਤੇ ਜਗ੍ਹਾ ਦਾ ਮੌਇਨਾ ਕੀਤਾ।